ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਨੇ। ਹਾਜ਼ਰ ਹਾਂ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ 2010 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਮੇਲ ਕਰਾ ਦੇ ਰੱਬਾ ਬਾਰੇ। ਉਸ ਦੀਆਂ 6 ਅਣਸੁਣੀਆਂ ਗੱਲਾਂ ਦੱਸਾਂਗੇ। ਹੋ ਸਕਦਾ ਇਹਨਾਂ ਗੱਲਾਂ ਬਾਰੇ ਪਤਾ ਹੋਵੇ, ਹੋ ਸਕਦਾ ਨਾ ਪਤਾ ਹੋਵੇ। ਪੂਰੀ ਜਾਣਕਾਰੀ ਦਿੰਦੇ ਹਾਂ ਜੀ, ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ। ਵੀਡੀਓ ਨੂੰ ਸਕਿੱਪ ਨਾ ਕਰਿਓ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਓ ਹੁਣ ਸ਼ੁਰੂ ਕਰਦੇ ਹਾਂ ਵੀਡੀਓ। ਦੋਸਤੋ, ਮੇਲ ਕਰਾ ਦੇ ਰੱਬਾ ਮੂਵੀ ਨੂੰ ਡਾਇਰੈਕਟ ਕੀਤਾ ਸੀ ਨਵਨੀਤ ਸਿੰਘ ਨੇ ਤੇ ਇਸ ਫਿਲਮ ਦੀ ਸਟੋਰੀ, ਡਾਇਲੋਗ, ਸਕਰੀਨ ਪਲੇ ਉਹ ਧੀਰਜ ਰਤਨ ਜੀ ਨੇ ਲਿਖੇ ਸੀ। ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਅਮਰ ਨੂਰੀ। ਇਹ ਫਿਲਮ ਜਿਹੜੀ ਆ 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ ਤੇ ਇਸ ਫਿਲਮ ਦਾ ਬਜਟ 2 ਕਰੋੜ ਸੀ ਤੇ ਇਸਨੇ ਬਾਕਸ ਆਫਿਸ ਕਲੈਕਸ਼ਨ ਜਿਹੜਾ ਕੀਤਾ ਸੀ ਉਹ ਕੀਤਾ ਸੀ 11 ਕਰੋੜ ਤੇ ਬਾਕਸ ਆਫਿਸ ਤੇ ਇਹ ਫਿਲਮ ਜਿਹੜੀ ਆ ਬਲੌਕਬਾਸਟਰ ਸਾਬਤ ਹੋਈ ਸੀ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਇਸ ਫਿਲਮ ਦੀਆਂ 6 ਅਣਸੁਣੀਆਂ ਗੱਲਾਂ। ਦੋਸਤੋ, ਫੈਕਟ ਨੰਬਰ 1, ਮੇਲ ਕਰਾ ਦੇ ਰੱਬਾ ਫਿਲਮ ਬਾਲੀਵੁੱਡ ਮੂਵੀ ਲਮਹਾ ਤੇ ਤੇਰੇ ਬਿਨ ਲਦੇਣ ਵਰਗੀਆਂ ਮਸ਼ਹੂਰ ਫਿਲਮਾਂ ਨਾਲ ਰਿਲੀਜ਼ ਹੋਈ ਸੀ ਤੇ ਮੇਲ ਕਰਾ ਦੇ ਰੱਬਾ ਨੇ ਉਸ ਟਾਈਮ ਤੇ ਸਭ ਤੋਂ ਵੱਧ ਕਮਾਈ ਕੀਤੀ। ਫੈਕਟ ਨੰਬਰ 2, 2010 ਦੇ ਵਿੱਚ 16 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਸਨ, ਮੇਲ ਕਰਾ ਦੇ ਰੱਬਾ ਸਭ ਤੋਂ ਵੱਧ ਹਿੱਟ ਰਹੀ ਸੀ। ਫੈਕਟ ਨੰਬਰ 3, ਗਿੱਪੀ ਗਰੇਵਾਲ ਦੀ ਇਹ ਸਭ ਤੋਂ ਪਹਿਲੀ ਫਿਲਮ ਸੀ। ਇਸ ਫਿਲਮ ਵਿੱਚ ਉਹਨਾਂ ਨੇ ਨੈਗੇਟਿਵ ਰੋਲ ਨਿਭਾਇਆ ਸੀ। ਦੋਸਤੋ, ਫੈਕਟ ਨੰਬਰ 4, ਦਲਜੀਤ ਦੋਸਾਂਝ ਨੇ ਵੀ ਇਸ ਫਿਲਮ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਉਹਨਾਂ ਦੀ ਇਹ ਕੈਰੀਅਰ ਦੀ ਪਹਿਲੀ ਫਿਲਮ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਫੈਕਟ ਨੰਬਰ 5, ਨੀਰੂ ਬਾਜਵਾ ਦੀ ਬਤੌਰ ਹੀਰੋਇਨ ਇਹ ਤੀਜੀ ਸੁਪਰਹਿੱਟ ਫਿਲਮ ਸੀ। ਉਹਨਾਂ ਨੇ ਇਸ ਤੋਂ ਪਹਿਲਾਂ ਅਸਾਨੁਮਾਨ ਵਤਨਾਂ ਦਾ ਦਿਲ ਆਪਣਾ ਪੰਜਾਬੀ ਵਰਗੀਆਂ ਬਲੌਕਬਾਸਟਰ ਫਿਲਮਾਂ ਵਿੱਚ ਕੰਮ ਕਰ ਚੁੱਕੀ ਸੀ। ਫੈਕਟ ਨੰਬਰ 6, ਜਸਵਿੰਦਰ ਭੱਲਾ ਦੇ ਕੈਰੀਅਰ ਦੀ ਪਹਿਲੀ ਸੁਪਰਹਿੱਟ ਫਿਲਮ ਮੇਲ ਕਰਾ ਦੇ ਰੱਬਾ ਸਾਬਤ ਹੋਈ ਸੀ। ਇਸ ਫਿਲਮ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਦੋਸਤੋ, ਇਹ ਸੀ ਮੇਲ ਕਰਾ ਦੇ ਰੱਬਾ ਫਿਲਮ ਦੀਆਂ 6 ਅਣਸੁਣੀਆਂ ਗੱਲਾਂ। ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਫਿਰ ਹੋਵਾਂਗੇ ਹਾਜ਼ਰ ਨਵੀਂ ਟੌਪਿਕ, ਨਵੀਂ ਜਾਣ